ਜੀ ਮੈਂ ਉਦੋਂ ਪਰਸੋਂ ਬੱਦੀ ਜਾ ਰਿਹਾ ਸੀ ਇੱਥੇ ਅਚਾਨਕ ਹੀ ਬੈਰਿੰਗ ਸ਼ਾਰਟ ਹੋਣ ਦੇ ਨਾਲ ਜਗਦਮ ਅੱਗ ਪੈ ਗਈ ਆ ਅੱਛਾ ਗੱਡੀ ਪੂਰੀ ਫੜ ਗਈ ਆ ਇਹ ਕਿੱਥੋਂ ਆ ਰਹੇ ਸੀਗੇ ਇਹ ਉਧਮਪੁਰ ਤੋਂ ਬੱਦੀ ਜਾਣਾ ਜੀ ਅੱਛਾ ਜੀ ਮਾਰਾਗੜ ਬੱਦੀ ਅੱਛਾ ਕਿੰਨਾ ਕੁ ਨੁਕਸਾਨ ਹੋ ਗਿਆ ਲੱਗਦਾ ਨੁਕਸਾਨ ਤਾਂ ਹੁਣ ਸਾਹਮਣੇ ਹੀ ਹੈ ਜ਼ਿਆਦਾ ਹੀ ਨੁਕਸਾਨ ਆ ਜੀ ਕਿੰਨੇ ਕੁ ਵਜੇ ਦੀ ਗੱਲਬਾਤ ਜੀ ਇਸ ਵੇਲੇ 6 ਵਜੇ ਦੀ ਗੱਲ ਹੈ ਅੱਛਾ ਜੀ ਤੇ ਫਾਇਰ ਬ੍ਰਿਗੇਡ ਆ ਗਈ ਸੀ ਅੱਗ ਨੂੰ ਅੱਗ ਤੇ ਕਿੱਦਾਂ ਕਾਬੂ ਪਾਇਆ ਗਿਆ ਜੀ ਇਹ ਉਹ ਜਿਹਨਾਂ ਪਾਣੀ ਵਾਲੀ ਗੱਡੀ ਆਈ ਆ ਉਹਨੇ ਭਜਾਈ ਇਹ ਰਾਤ ਦਾ ਅੱਛਾ ਜੀ ਠੀਕ ਹੈ ਗੱਡੀ ਦਾ ਨੁਕਸਾਨ ਕਿੰਨਾ ਕੁ ਹੋ ਗਿਆ ਹੁਣ ਕੀ ਮੰਗ ਕਰਦੇ ਜੀ ਅੱਗੇ ਸਰਕਾਰ ਮੰਗ ਇਹ ਹੀ ਹੈ ਵੀ ਹੁਣ ਸਾਡਾ ਜਿਹੜਾ ਨੁਕਸਾਨ ਆ ਉਹਦੇ ਵਿੱਚ ਹੋਣਾ ਇਹਨਾਂ ਕਹਿੰਦਾ ਜਿਹੜੀ ਇਹਦਾ ਪਿੱਛੋਂ ਬਚਾਲ ਮਾਲ ਮੂਲ ਦਾ ਬਚਾ ਹੋ ਗਿਆ ਤੇ ਅੱਗੋਂ ਦੇ ਪੂਰਾ ਜਾਨ ਮਾਲ ਤਾਂ ਨਹੀਂ ਨੁਕਸਾਨ ਹੋਇਆ ਜਾਨ ਦਾ ਬਚਾ ਇਕੱਲੇ ਹੀ ਸੀਗੇ ਤੁਸੀਂ ਹਾਂ ਇਕੱਲੇ ਇਕੱਲੇ ਹੋਰ ਕੋਈ ਨਹੀਂ ਹੈ ਨਾ ਮੈਂ ਕੋਈ ਪੁਲਿਸ ਪ੍ਰਸ਼ਾਸਨ ਜਾਂ ਕੋਈ ਸਰਕਾਰੀ ਪ੍ਰਸ਼ਾਸਨ ਪਹੁੰਚਿਆ ਇੱਥੇ ਜੀ ਮੌਕੇ ਤੇ ਹਾਂ ਆਏ 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 ਅੱਛਾ ਆਏ ਮੌਕੇ ਤੇ ਆਏ ਆ ਦੇਖਿਆ ਉਹਨਾਂ ਨੇ ਟਾਈਮ ਲੱਗਾ ਕਿ ਇਹਨਾਂ ਜਗ੍ਹਾ ਮੌਕੇ ਤੇ ਦੇਖ ਦੂ ਕੇ ਫਿਰ ਚੜਦੇ ਅੱਛਾ ਠੀਕ ਹੈ ਜੀ ਧੰਨਵਾਦ ਤੁਹਾਡੀ ਆਪਣੀ ਭਰੋਸੇਮੰਦ ਅਕੈਡਮੀ ਈ ਪਲੈਨਟ ਆਇਲਸ ਐਂਡ ਇਮੀਗ੍ਰੇਸ਼ਨ ਦਸੂਆ ਜਿੱਥੇ ਆਇਲਸ ਅਤੇ ਪੀਟੀਈ ਦੇ ਨਾਲ ਲਗਵਾ ਸਕਦੇ ਹੋ ਹਰ ਤਰ੍ਹਾਂ ਦੇ ਸਟੱਡੀ ਤੇ ਵਿਜ਼ਿਟਰ ਵੀਜ਼ਾ ਮਿਲੋ ਵੀਜ਼ਾ ਐਕਸਪਰਟ ਰਣਵੀਰ ਅਰੋੜਾ ਨਾਲ